फरमाया قال الملأ الذين استكبروا من قومه जेड़े लोग तकबर करन वाले बड़े बड़े सरदार खड़पैंच अपनी जबान अंदर तर्जमा करते ने बड़े बड़े खड़पैंच किस्म दे बंदे अजी कौम दे अंदरों हजरत शुएब अलैहिस्सलाम दी कौम दे बड़े बड़े मुतकबिर सरदार कहंदे की ने कहंदे ने लनुखरी जन्ना का या शुएब वल्लजीना आमनू मअका मिन करियतिना कहंदे ने ए शुएब तेनू और तेरे मनन वालियां नू जिहड़े साडी बस्ती चो तेरे पिछे लग गए ने तेरे नाल तेरे ते ईमान ले आए ने उन्हां नू लनुखरी जन्नका यानी तेनू भी ते उन्हां नू असी कढ़ देंगे निकाल देंगे साड़ी मिल्लत अंदर दोबारा वापस लौट करके आओगे यानी दो बातां बयान करते ने कहंदे ने या ते अपनी बस्ती चो असी तुहानू निकाल देंगे या साडे दीन च वापस आना होएगा और नाल हजरत शुएब अलैहिस्सलाम फरमांदे ने قال اولو كن كارهين फरमाया आ मैं ना क्या ए जनाब इस्तफहामिया है इनकार दा यानी जड़ा हमजा इनकारी आए इनकार कहंदे ने क्या सी जनाब उस मिल्लत उस दीन ते ईमान ले आइए उस दीन वाल वापस लौट आइए हाँ जी अगे वाओ हालिया है कहंदे ने हालांकि लौ कुन्ना कारीहीन हालांकि जिन्हों असी ना पसंद यानी मकरू जानते होइए अल्लाह अकबर अल्लाह 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 मगर अर्श वाले ने इन लोगों नू इंज बातां कह के भी बयान फरमाया है अल्लाह फरमाते ने उन्हां जालमां ने अपनिया मर्जियां कीतियां सड़ा दीन ना मनिया दीन तो रूगरदानी की अर्श वाला फरमांदा है फिर भी अल्लाह दिया हमदर्दियां इंसान नाल अल्लाह कहंदा वल्लौ अन्ना अहलल कुरा आमनू वत्तकौ अगर बस्तियां वाले ईमान ले आंदे और अल्लाह को डर दे तकवा अख्तियार कर दे अल्लाह फरमांदे लफतहना अलैहिम बरकातिम मिनस समाई वल अर्ज अल्लाह फरमांदे ने असी बरकतां दे दरवाजे खोल देंदे बरकतां रहमतां दे मी पा देंदे गल समझिया जे अल्लाह फरमांदे ने लाम जबर ला लाम जबर ला ए नहीं क्या लाम जबर ला लाम जबर ते खड़ी होवे ते ला ओदा मना उल्ट हो जाएगा अल्लाह फरमांदे ने अगर बस्तियां दे अंदर रहने वाले ईमान ले आंदे और तकवा तैयार कर दे लफतहना अलैहिम बरकातिम मिन समाई वल अर्द असी उना वास्ते आसमाना तो और जमीन तो जमीन विचो आसमाना दे उतो बरकतां ते रहमतां दे बूहे खोल देंदे वलाकिन कज़बू लेकिन उन लोगों ने छुटलाया फअखज़नाहुम बिमा कानू यक्सिबू अल्लाह फरमा देने फिर पकड़ लिया
ਹੈ ਜੀ ਇੱਕ ਚੀਖ ਨੇ ਉਹਨਾਂ ਨੂੰ ਪਕੜ ਲਿਆ ਯਾਨੀ ਅਜ਼ਾਬ ਅਜ਼ਾਬ ਦੀ ਲਪੇਟ ਅੰਦਰ ਆ ਗਏ ਅਸੀਂ ਉਹਨਾਂ ਨੂੰ ਫੜ ਲਿਆ ਗ੍ਰਿਫਤ ਕਰ ਲਈ ਹਾਂਜੀ ਜਿਹੜਾ ਉਹ ਕੰਮ ਅਮਲ ਕਰਦੇ ਸਨ ਉਹਨਾਂ ਦੇ ਅਮਾਲ ਦੀ ਵਜ੍ਹਾ ਕਰਕੇ ਅੱਲਾਹ ਫਰਮਾਉਂਦੇ ਨੇ ਅਸੀਂ ਉਹਨਾਂ ਨੂੰ ਅਜ਼ਾਬ ਨਾਲ ਦੋ ਚਾਰ ਕਰ ਦਿੱਤਾ ਹੈ ਅੱਗੇ ਅੱਲਾਹ ਕਰੀਮ ਨੇ ਫਰਮਾਇਆ ਵਲ ਫੱਲਜ਼ੀਨਾ ਆਮਨੂ ਬਿਹਿ ਵਅਜ਼ਰੂਹੁ ਵਨਸਰੂਹੁ ਵਤਬਉ ਨੂਰ ਅੱਲਜ਼ੀ ਉਨਜ਼ਿਲਾ ਮਾ ਅੱਲਾ ਫਰਮਾਉਂਦੇ ਨੇ ਚਾਹੀਦਾ ਉਹਨਾਂ ਨੂੰ ਕਿ ਇਮਾਨ ਲੈ ਆਣ ਸੁਣਿਆ ਜਿਹੜੇ ਹਜ਼ਰਤ ਸ਼ੁਐਬ ਦਾ ਦੂਸਰੇ ਪੈਗੰਬਰਾਂ ਦਾ ਇਨਕਾਰ ਕਰਦੇ ਰਹੇ ਉਹਨਾਂ ਨਾਲ ਜੋ ਕੁਝ ਹੋਇਆ ਇਹਨਾਂ ਨੂੰ ਆਖੋ ਇੰਜ ਨਾ ਹੋਵੇ ਕਿ ਤੁਹਾਡੇ ਤੇ ਵੀ ਅਜ਼ਾਬ ਆ ਜਾਣ ਤੁਹਾਨੂੰ ਵੀ ਅੱਲਾ ਪਕੜ ਲਵੇ ਆਪਣੇ ਅਜ਼ਾਬਾਂ ਦੀ ਗ੍ਰਿਫਤ ਅੰਦਰ ਲੈ ਲਵੇ ਹਾਂਜੀ ਤੁਸੀਂ ਲੋਕਾਂ ਨੂੰ ਚਾਹੀਦਾ ਹੈ ਇਮਾਨ ਲੈ ਆਓ ਅੱਲਾ ਦੇ ਨਬੀ ਜਨਾਬ ਮੁਹੰਮਦ ਰਸੂਲੁੱਲਾ ਦੇ ਨਾਲ ਔਰ ਉਹਦੀ ਰਫਾਕਤ ਉਹਦੇ ਨਾਲ ਜੁੜ ਜਾਓ ਉਹਦੇ ਨਾਲ ਰਫਾਕਤ ਕਰੋ ਉਹਦੇ ਨਾਲ ਹਮਾਇਤ ਦਾ ਦਮ ਭਰੋ ਯਾਨੀ ਜ਼ਬਾਨੀ ਵੀ ਹਮਾਇਤ ਵਨਸਾਰੂ ਔਰ ਉਹਦੀ ਮਦਦ ਵੀ ਕਰੋ ਨਾਲ ਕੱਲੇ ਜੁੜਨ ਨਾਲ ਮਦਦ ਕਰਨ ਨਾਲ ਗੱਲ ਨਹੀਂ ਬਣੇਗੀ ਵਤਬਉ ਨੂਰ ਅੱਲਜ਼ੀ ਉਨਜ਼ਿਲਾ ਮਾ ਜਿਹੜੀ ਉਹਦੇ ਨਾਲ ਚੀਜ਼ ਨਾਜ਼ਲ ਹੋਈ ਯਾਨੀ ਕਿਤਾਬ ਉਹ ਨੂਰ ਇਸ ਕਿਤਾਬ ਨੂੰ ਆਖਿਆ ਗਿਆ ਉਹਦੀ ਤਾਬੇਦਾਰੀ ਵੀ ਕਰਨ ਇਤਬਾਹ ਵੀ ਕਰਨ ਫਰਮਾਇਆ ਉਲਾਇਕਾ ਹੁਮੁਲ ਮੁਫਲਿਹੂਨ ਇਹੋ ਹੀ ਤੇ ਲੋਕ ਕਾਮਯਾਬ ਨੇ ਫਰਮਾ ਦੀਜੀਏ ਮੇਰੇ ਪਿਆਰੇ ਮਹਿਬੂਬ ਪੈਗੰਬਰ ਕੁਲ ਕੁਲ ਕਹਿ ਦੀਜੀਏ ਸੋਹਣੇ ਨਬੀਆਂ ਦੇ ਸਰਦਾਰ ਪੈਗੰਬਰ ਯਾ ਅਯੂਹ ਅੰਨਾਸੁ ਇੰਨੀ ਰਸੂਲੁਲਲਾਹ ਇਲੈਕੁਮ ਜਮੀਆ ਫਰਮਾਇਆ ਹਾਂਜੀ ਮੈਂ ਤੁਹਾਡੇ ਸਾਰਿਆਂ ਦੀ ਤਰਫ ਯਾਨੀ ਜਿੰਨਾ ਇਨਸਾਨਾਂ ਸਾਰੀਆਂ ਮਖਲੂਕਾਂ ਦੀ ਤਰਫ ਮੈਂ ਬਣ ਕਰਕੇ ਆਇਆ ਜੇ ਰਸੂਲ ਬਣ ਕਰਕੇ ਆਇਆ ਜੇ ਯਾਨੀ ਅੱਲਾ ਦੀ ਤਰਫੋ ਮੈਂ ਰਸੂਲ ਬਣ ਕਰਕੇ ਆਇਆ ਜਮੀਆ ਸਾਰਿਆਂ ਦੀ ਤਰਫ ਇੱਧਰ ਵੇਖਣਾ ਅੱਲਾ ਕਰੀਮ ਨੇ ਆਪਣੀ ਤੌਹੀਦ ਦਾ ਆਪਣੀ ਰਬੂਬੀਅਤ ਦਾ ਵਾਅਦਾ ਲਿਆ ਹੈ ਅੱਲਾ ਕਰੀਮ ਨੇ ਜਦੋਂ ਇਨਸਾਨਾਂ ਨੂੰ ਪੈਦਾ ਫਰਮਾਇਆ ਔਰ ਫਿਰ ਉਹਨਾਂ ਦੀਆਂ ਔਲਾਦਾਂ ਦੀਆਂ ਰੂਹਾਂ ਖਲਕੀਆਂ ਆਲਮੇ ਅਰਵਾ ਦੇ ਅੰਦਰ ਬਾਜ਼ਾਂ ਬਾਜ਼ ਲੋਕਾਂ ਨੇ ਆਲਮੇ ਜ਼ੁਰੀਅਤ ਵੀ ਆਖਿਆ ਨਾ ਯਾਨੀ ਔਲਾਦ ਵਾਲਾ ਆਲਮ ਜਾਨ ਜਦੋਂ ਸਾਰੀਆਂ ਹੀ ਰੂਹਾਂ ਨੂੰ ਪੈਦਾ ਫਰਮਾਇਆ ਹੈ ਅੱਲਾ ਕਰੀਮ ਨੇ ਉਹਨਾਂ ਨੂੰ ਫੈਲਾ ਦਿੱਤਾ ਹੈ ਨਾਲ ਫਰਮਾਇਆ ਅਲਸਤੁ ਬਿਰੱਬਿਕੁਮ ਕਿਆ ਮੈਂ ਤੁਹਾਡਾ ਰੱਬ ਨਹੀਂ ਹਾਂ ਉਹਦੇ ਅੰਦਰ ਸਾਰਿਆਂ ਨੇ ਹੀ ਆਖਿਆ ਹੈ ਕਾਲੂ ਬਲਾ ਕਿਉਂ ਨਹੀਂ ਅੱਲਾ ਸੋਹਣਿਆ ਤੂੰ ਸਾਡਾ ਰੱਬ ਏ ਸ਼ਹੀਦ ਨਾ ਅਸੀਂ ਇਸ ਬਾਤ ਤੇ ਗਵਾਹੀ ਦਿੰਦੇ ਹਾਂ ਅੰਤ ਕੁਲੂ ਯਉਮਲ ਕਿਆਮਤੀ ਇੰਨਾ ਕੁੰਨਾ ਅਨ ਹਾਜ਼ਾ ਗਾਫਿਲੀਨ ਕੱਲ ਨੂੰ ਕਿਆਮਤ ਵਾਲੇ ਦਿਨ ਮਤਾ ਇਹ ਜਾਗਦੇ ਫਿਰੋ ਅਸੀਂ ਤੇ ਇਸ ਬਾਤ ਤੋਂ ਗਾਫਲ ਸਾਂ ਸਾਨੂੰ ਪਤਾ ਹੀ ਨਹੀਂ ਸੀ ਇਸ ਗੱਲ ਦਾ ਕਿ ਤੇਰੇ ਨਾਲ ਅਸੀਂ ਵਾਅਦਾ ਕਰਕੇ ਆਏ ਹਾਂ ਬਰਕੈ ਬਾਦ ਇਹੋ ਹੀ ਲੋਕ ਬਾਰ 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 ਸਵਾਲ ਕਰਦੇ ਨੇ ਕਹਿੰਦੇ ਨੇ ਜਨਾਬ ਮੇਰੇ ਪਿਆਰੇ ਨਬੀ ਜਨਾਬ ਮੁਹੰਮਦ ਰਸੂਲੁੱਲਾ ਸੱਲੱਲਾਹੁ ਅਲੈਹੀ ਵਸੱਲਮ ਕੋਲੋਂ ਪੁੱਛਦੇ ਨੇ ਕਹਿੰਦੇ ਨੇ ਇਹ ਮੱਕੇ ਦੇ ਮੁਸ਼ਰਕ ਦੇ ਕਾਫਿਰ ਸਵਾਲ ਕਰਦੇ ਨੇ ਯਸਅਲੂ ਲਕਾ ਨਿਸਾ ਫਰਮਾਇਆ ਅਯਾਨਾ ਮੁਰਸਾ ਕਿਆਮਤ ਦੇ ਬਾਰੇ ਅੰਦਰ ਸਵਾਲ ਕਰਦੇ ਨੇ ਕਦੋਂ ਆਏਗੀ ਸਾ ਹੁੰਦੀ ਇੱਕ ਸੈਕਿੰਡ ਨੂੰ ਸਾ ਕਹਿੰਦੇ ਨੇ ਸਾ ਘੜੀ ਘੜੀ ਜਿਹਨੂੰ ਅਸੀਂ ਕਹਿੰਦੇ ਹਾਂ ਘੜੀ ਸੈਕਿੰਡ ਅੰਦਾਜ਼ਾ ਲਗਾਓ ਇਹ ਕਿਆਮਤ ਨੂੰ ਵੀ ਸਾ ਇਸ ਵਾਸਤੇ ਆਖਿਆ ਗਿਆ ਕਿ ਉਹ ਸੈਕਿੰਡ ਹੀ ਨਹੀਂ ਲੱਗਣਾ ਪਤਾ ਹੀ ਨਹੀਂ ਚੱਲਣਾ ਕਦੋਂ ਆ ਜਾਏਗੀ ਜਿਵੇਂ ਸੈਕਿੰਡ ਦਾ ਪਤਾ ਨਹੀਂ ਲੱਗਦਾ ਨਾ
بس آیا کہ آیا قیامت بھی انی دیر چاہے گی اللہ اکبر اللہ 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 اس واسطے نو قیامت آکھیا گیا ہے اللہ دے نبی کولو پوچھدے نے کہندے نے قیامت کدو آئے گی قیامت دے بارے اندر سوال کر دے نے نا قل انما علم عند ربی فرمایا کہہ دیجئے میرے پیارے پیغمبر او دا علم تے میرے اللہ کو لینا لا یجلیہا لوقتیہا الا ہو او دے آن دا وقت معلوم تے صرف اللہ نوے اللہ دے علاوہ کوئی نہیں جے جاندا ثقلت ثقلت فی السماوات والارض جڑا زمین تے آسمان دے اندر بہت بڑا حادثہ ہوئے گا اتنا اللہ نے مینوں دسیا ایکسیڈنٹ ہی ہوئے گا اللہ اکبر اللہ اللہ بہت بڑا بھاری ثقلت وزنی ہوندا ہے یعنی بڑا تے وزنی تے بھاری بڑا شدید قسم دا حادثہ ہوئے گا لا تأتیکم الا بغتا اچانک تواڈے کول آ جائے گی یسالونک کانک حفی عنہا کیا تجھے پوچھ دے پے ہو او دی تحقیق کر چکے ہو خبر لے چکے ہو یعنی ریسرچ اتنی کر لی جے تجھے ہاں جی کہ او دے بارے چ پوچھ دے پے ہو جی جی اللہ دے پیارے نبی نو اللہ سونے فرمایا قل کہہ دیجئے میرے پیارے پیغمبر انما علمها عند اللہ او دا علم تے میرے اللہ دے کولے ولکن اکثر الناس لا يعلمون لیکن اکثر لوگ نو جان دے نہیں اس بات نو قل لا املك لنفسي نفع ولا ضر الا ما يشاء الا ما شاء الله فرمایا کہہ دیجئے میرے پیارے پیغمبر انہاں نو آکھو میں تے اپنی جان دا بھی اپنے آپ دا بھی مالک نہیں ہاں نہ نفع پہنچان اندر نہ نقصان دے اندر الا ما شاء اللہ مگر جو اللہ چاہے ہوئی ہوندا ہے ولو کنت اعلم الغیب لاستكثرت من الخیر آقا فرما دینے اگر میں غیب جانتا ہوندا بہت ساریاں بھلائیاں میں سمیٹ لیندا وما مسنی السوء اور میں نو کوئی برائی تکلیف آ نہ سکتی میرے تک پہنچ نہ پاتی میں نو کوئی دکھ نہ آندا الا نذیر و بشیر لقوم یؤمنون کمال ہو گئی اللہ اکبر پیارے نبی فرما دینے میں تے جنت دیاں خوشخبریاں دین والا جہنم دی اگ تو ڈران والا میں نذیراں بشیراں اور نال فرمایا اس قوم واسطے جڑی قوم ایمان لے آوے او دے واسطے خوشخبریاں میں انج نہیں کر لگا کہ غیب جان دا ہوں اللہ دے اختیارات میرے چا جان نفع نقصان دا مالک ہوں نا 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 اللہ کریم نے سورہ انفال شروع ہو گئی فرمایا یسألونک عن الانفال قل الانفال للہ والرسول سوال کرتے نے مال فیض بارے دے اندر کہہ دو میرے پیارے پیغمبر آجڑا مال غنیمت مال فیض ادی تقسیم تے اللہ دے رسول دی مرضی نال ہوئے گی نا فتقوا اللہ اللہ کو ڈرو واسلحو ذات بے لکم آپس دے اندر سلو نہ رہو یہ نہیں تجھے کہہ سکتے فلانو اتنا حصہ ملنا چاہید ہے فلانو بہتا ملنا چاہید ہے فلانو گھٹ حصہ ملنا چاہید ہے نانا اللہ کو لو ڈرو سلو صفائی نالا پسند رہو وَعَطِيُوا اللَّهَ وَرَسُولَهُ اِن كُنْتُم مُؤْمِنِينَ
फरमाया अल्लाह करीम ने अगर तुसी मोमिन हो अल्लाह ते अल्लाह दे रसूल दी अताद करो। अल्लाह अकबर अगे फरमाए इन्नमल मुमिनून लल्लज़ीन इज़ा ज़ुकिरल्लाह बस सिर्फ और सिर्फ मोमिन ओहो ही ने जदो उन्हां दे सामने अल्लाह दा जिक्र कीता जांदा है वजिलत कुलूबुहुम उन्हां दे दिल नरम हो जांदे ने व इज़ा तुलियत अलैहिम आयातुहु जदो ओदियां आयतां इन्हां ते तिलावत कीतियां जांदियां ने उहदी ज़मीर ए लफ्ज़े मुज़क्कर ए ना जिक्र वल जा रही है जिक्र तो मुराद कुरान मजीद ए ना जदो कुरान पाक दियां आयतां इन्हां ते तिलावत कीतियां जांदियां ने ज़ादत हुम ईमाना उल्ला दा ईमान मत जांदा है वाला रब्बिहिम यतवक्कलून वो अपने रब ते तवक्कल करन लग जांदे ने। नाल फरमाया अल्लज़ीना युकीमून अस्सलात व मिम्मा रज़क़नाहुम युन्फिकून वो नमाज कायम करदे ने नाल अल्लाह दे दित्ते हुए रिज़्क़ विचों खर्च भी करदे ने उलाइका हुमुल मुमिनून हक़्क़ा इहो ही ते पक्के सच्चे मोमिन ना लहुम दराजातुल इंदा रब्बिहिम उन्हां वास्ते अल्लाह दी तरफों दराजात ने उन्हां दे वास्ते अल्लाह दे कोल बड़िया बड़िया बुलंदियां ने बड़े बड़े बाला खाने। नाल फरमाया वा मग़फ़िरतुन وَرِزْقٌ كَرِيمٌ ਉਹਨਾਂ ਵਾਸਤੇ ਮਗਫਰਤ ਤੇ ਰਿਜ਼ਕ ਕਰੀਮ ਅੱਲਾ ਨੇ ਤਿਆਰ ਕਰ ਰੱਖਿਆ ਏ। ਆਖਰੀ ਬਾਤ ਆਖਰ ਤੇ ਬਾਤ ਆ ਗਈ ਅੱਲਾ ਕਰੀਮ ਨੇ ਉਹ ਲੋਕਾਂ ਦੇ ਬਾਰੇ ਅੰਦਰ ਵੀ ਬਿਆਨ ਫਰਮਾਇਆ ਕਿ ਜਿਹੜੇ ਲੋਕ ਮੇਰੇ ਪਿਆਰੇ ਨਬੀ ਸੱਲੱਲਾਹੁ ਅਲੈਹਿ ਵਸੱਲਮ ਦੀਆਂ ਬਾਤਾਂ ਸੁਣ ਕੇ ਹਜ਼ੂਰ ਦੀ ਤੌਹੀਦ ਵਾਲੀ ਤਬਲੀਗ ਨੂੰ ਸੁਣ ਕਰਕੇ ਕਹਿੰਦੇ ਕਿ ਨੇ ਮੱਕੇ ਦੇ ਮੁਸ਼ਰਕ ਤੇ ਕਾਫਰ ਲੋਕ ਕਹਿੰਦੇ ਨੇ ਵਾ ਇਜ਼ ਕਾਲੂ ਅੱਲਾਹੁਮਾ ਵਾ ਇਜ਼ قال اللهم ان كان هذا هو الحق اگر من عندك ਕਹਿੰਦੇ ਨੇ ਅਗਰ ਇਹ ਜਿਹੜਾ ਰਸੂਲ ਹੈ ਹਜ਼ਰਤ ਮੁਹੰਮਦ ਰਸੂਲullah ਸੱਲਲਾ ਸੱਲਮ ਕਹਿੰਦੇ ਨੇ ਅੱਲਾ ਅੱਲਾ ਕੋਲ ਦੁਆ ਕਰਦੇ ਪੈਣ ਵੇਖੋ ਮੁਸ਼ਰਕ ਤੇ ਕਾਫਰ ਅੱਲਾ ਦੇ ਅੱਗੇ ਦੁਆ ਕਰਦੇ ਨੇ ਕਹਿੰਦੇ ਨੇ ਅੱਲਾਹੁਮਾ ਇਨ ਕਾਨਾ ਹਾਜ਼ਾ ਹੁਵਲ ਹੱਕ ਮਿਨ ਇੰਦਿਕ ਅੱਲਾ ਅਗਰ ਤੇਰੀ ਤਰਫੋਂ ਇਹ ਪੈਗੰਬਰ ਸੱਚਾ ਹੈ ਹੱਕ ਦੇ ਉੱਤੇ ਕਹਿਣਾ ਤੇ ਚਾਹੀਦਾ ਸੀ ਨਾ ਫਿਰ ਸਾਨੂੰ ਵੀ ਅੱਲਾ ਹੱਕ ਦੀ ਹੱਕ ਨੂੰ ਅਪਣਾਉਣ ਦੀ ਤੌਫੀਕ ਦੇ ਲੇਕਿਨ ਏਡੇ ਵਿਗੜੇ ਏਡੇ ਉਖੜੇ ਹੋਏ ਏਡੇ ਦੀਨ ਤੋਂ ਦੂਰ ਕਹਿੰਦੇ ਨੇ ਫਿਰ ਇੰਜ ਅੱਲਾ ਜੇ ਤੇਰਾ ਇਹ ਬੰਦਾ ਹੱਕ ਤੇ ਸੱਚੀ ਗੱਲ ਕਰਦਾ ਏ ਇਹ ਹੱਕ ਲੈ ਕਰਕੇ ਆਇਆ ਏ ਤੇਰੀ ਤਰਫੋਂ ਲੈ ਕਰਕੇ ਆਇਆ ਏ ਫਿਰ ਫਅਮਦਰ ਅਲੈਨਾ ਹਿਜਾਰਤਮ ਮਿਨ ਸਮਾਈ ਅਬਿਤਨਾ ਬਿਅਜ਼ਾਬਿਨ ਅਲੀ ਫਿਰ ਸਾਡੇ ਤੇ ਆਸਮਾਨਾਂ ਤੋਂ ਪੱਥਰ ਬਰਸਾ ਔਰ ਜਾਂ ਔਰ ਬਹੁਤ ਬੜਾ ਅਜ਼ਾਬ ਲੈ ਕਰਕੇ ਆ ਵੇਖੋ ਕਿਤਨੇ ਪੱਕੇ ਨੇ ਆਪਣੇ ਕੁਫਰ ਦੇ ਉੱਤੇ ਕਹਿੰਦੇ ਨੇ ਜੇ ਸੱਚੀ ਗੱਲ ਵੀ ਤੇਰੀ ਤਰਫੋਂ ਲੈ ਕਰਕੇ ਆਇਆ ਹੈ ਪੈਗੰਬਰ ਫਿਰ ਵੀ ਅਸੀਂ ਮੰਨਣ ਵਾਸਤੇ ਤਿਆਰ ਨਹੀਂ ਜਲਦੀ ਨਾਲ ਸਾਡੇ ਤੇ ਆਸਮਾਨਾਂ ਤੋਂ ਪੱਥਰ ਬਰਸਾ ਦੇ ਜਾਂ ਬਹੁਤ ਬੜਾ ਅਜ਼ਾਬ ਲੈ ਕੇ ਆ ਲੇਕਿਨ ਅੱਲਾ ਸੋਹਣਾ ਮੇਰੇ ਨਬੀ ਨਾਲ ਕਿਤਨੀ ਮੁਹੱਬਤ ਮੇਰੇ ਨਬੀ ਦੀ ਕਿਤਨੀ ਇੱਜ਼ਤ ਔਰ ਕਿਤਨੀ ਅਜ਼ਮਤ ਹੈ ਅੱਲਾ ਫਰਮਾਉਂਦੇ ਨੇ ਵਮਾ ਕਾਨ ਅੱਲਾਹੁ ਲਿਯੁਅਜ਼ਿਬਹੁਮ ਵਅੰਤਾ ਫੀਹਿਮ ਵਮਾ ਕਾਨ ਅੱਲਾਹੁ ਮੁਅਜ਼ਿਬਹੁਮ ਵਹੁਮ ਯਸਤਗਫਿਰੂਨ ਅੱਲਾ ਫਰਮਾਉਂਦੇ ਨੇ ਸੋਹਣਿਆ ਮੈਂ ਇਹਨਾਂ ਤੇ ਅਜ਼ਾਬ ਨਹੀਂ ਖੱਲਾਂਗਾ ਜਦੋਂ ਤੱਕ ਤੁਸੀਂ ਇਹਨਾਂ ਦੇ ਅੰਦਰ ਮੌਜੂਦ ਹੋ ਯਾ ਉਦੋਂ ਤੱਕ ਵੀ ਅਜ਼ਾਬ ਨਹੀਂ ਗੱਲਾਂਗਾ ਜਦੋਂ ਤੱਕ ਇਸਤਗਫਾਰ ਕਰਦੇ ਰਹਿਣਗੇ
इस्तिगफार इस्तिगफार करते रहेंगे उदो तक भी मैं इन्हां ते अजाब नहीं घल्लांगा। देखो अजाब उन्होंने मंगया रब कोलो, लेकिन अल्लाह फरमाया सुनिया तुसी इन्हां दे अंदर मौजूद हो। और एक दो बातां ने क्यामत तक आने वाले लोग, पहली बात खत्म हो गई, प्यारे नबी ते साडे च मौजूद नहीं, साडे कोल नहीं। और ये बात दूसरी बात ते साडे च मौजूद है ना, साडे कोल है ना, वहुम यस्तगफिरून। और जदो तक इस्तिगफार तलब करते रहोगे उदो तक भी अल्लाह कहिंदा मैं अजाब नहीं उन लोगों से भेजांगा। अल्लाह सानू तौबा इस्तिगफार करने की तौफीक अता फरमाए। और मेरे महबूब अगर मौजूद नहीं आका तो प्यारे नबी दी जिहड़ी लियांदी होई आसमाना तो अल्लाह ने जिहड़ी कलाई है शरीयत, मेरे नबी दियां सुन्नतां, मेरे नबी दे अहकाम, मेरे नबी दे तरीके मौजूद ने। जिन्नी देर तक असीं उन्हां नूं अपनाई रखांगे, अल्लाह कोलों इस्तिगफार करदे रहांगे, अल्लाह अजाब नहीं कलेगा। ये रब ने वादा किया है, अल्लाह अपने वादे की मुखालफत नहीं जे करता। अल्लाह ताला अपनी रहमत नाल सानू कुरान मजीद दे इस सही माने दे अंदर जो मफाहीम और मतालब बयान होते हैं खुलासा तन चंद बातें एक दो मुकाम पढ़े जाते हैं, अल्लाह इन्हों सही समझने की समझाने की और सानू सारू सुन सुना के अमल करने की तौफीक अता फरमाए। सुबहानक अल्लाहुम्मा व बिहम्दिका अशहदु अल्ला इलाहा इल्ला अंता अस्तगफिरुका व अतूबु।